वाहेगुरु। हाँ हेलो। जी, हाँ जी महाराज हाँ जी, मेरी गल भाई सुखजीत सिंह जी खोसा जी नाल हो रही है? हाँ जी, बोल रहे हैं जी। वीरे जी, हरप्रीत सिंह मखू बोल रहे हैं। वाहेगुरु जी का खालसा, वाहेगुरु जी की फतेह। वाहेगुरु जी का खालसा, वाहेगुरु जी की फतेह। जी खोसा जी, मैनू पता लगा कि तुसी हुशियारपुर तो वापस आ रहे हो। जी अज उत्थे कैंडल मार्च कढ़िया गया सी। पता लगा कि हुशियारपुर दे विच करीब 3 सवा 3 साल दी बच्ची दे नाल रेप करन तो बाद बड़ी बेरहमी नाल बच्ची नू मार दिता गया है। जी ਇਹ ਕੀ ਮਸਲਾ ਸੀ? ਕਿੰਨਾਂ ਲੋਕਾਂ ਵੱਲੋਂ ਇਹੋ ਜਿਹੀ ਘਿਣਾਉਣੀ ਕਰਤੂਤ ਕੀਤੀ ਗਈ ਹੈ ਇਹ ਮਸਲਾ ਹੈਗਾ ਜੀ 23/10 2022 ਜੀ? ਦਾ, 23 ਤਰੀਕ ਦੀ ਇਹ ਘਟਨਾ ਹੈਗੀ ਆ। ਹਰਖੋਵਾਲ ਪਿੰਡ ਆ ਜਿੱਥੋਂ ਦੇ ਬਾਬਾ ਜਵਾਲਾ ਸਿੰਘ ਜੀ, ਹਰਖੋਵਾਲ ਸੰਪਰਦਾ ਜਿੱਥੇ ਜੀ ਚੱਲਦੀ ਹੈ, ਉਸੇ ਹਰਖੋਵਾਲ ਪਿੰਡ ਦੀ ਇਹ ਇੱਕ ਮਤਲਬ ਮਿਡਲ ਵਰਗ ਦਾ ਪਰਿਵਾਰ ਆ ਜਿਹੜੇ ਖੇਤੀ ਨਾਲ ਸੰਬੰਧਿਤ ਹੈਗੇ ਆ। ਜੀ ਉਹਨਾਂ ਦੇ ਗੁਆਂਢ ਚੋਂ ਹੀ ਜਿਹੜਾ ਉਹ ਦਰਿੰਦਾ ਰਹਿੰਦਾ ਆ, ਉਹਦੀ ਉਮਰ ਅੱਛਾ, 16 ਸਾਲ 2 ਮਹੀਨੇ ਹੈਗੀ ਆ। ਓਹੋ, ਮਤਲਬ ਉਹਦੀ, ਮੈਂ ਬੱਚੀ ਦੀ ਮਾਤਾ ਨੂੰ ਮਿਲਿਆ ਸੀਗਾ ਪਿਛਲੇ ਦਿਨੀ ਜਾ ਕੇ, ਅਫਸੋਸ ਦੇ ਤੌਰ ਤੇ ਗਏ ਸੀਗੇ ਮੈਂ ਤੇ ਭੁਪਿੰਦਰ ਸਿੰਘ ਸੱਜਣ ਹੋਣੀ। ਹਾਂਜੀ, ਤਾਂ ਜਦੋਂ ਮੈਂ ਮਿਲਿਆ ਉੱਥੇ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ ਸੀਗਾ ਕਿ ਜਿਹਦੇ ਨਾਲ ਉਹਨਾਂ ਨੂੰ ਹੌਸਲਾ ਦਿੱਤਾ ਜਾ ਸਕੇ। ਜੀ ਬੱਚੀ ਦੀ ਮਾਂ ਦੇ ਦੱਸਣ ਮੁਤਾਬਕ, ਮਾਤਾ ਦੇ ਦੱਸਣ ਮੁਤਾਬਕ ਵੀ ਉਹ ਸਬਜ਼ੀ ਕੱਟ ਰਹੀ ਸੀ ਤੇ ਬੱਚੀ ਕੋਲ ਖੇਡ ਰਹੀ ਆ। ਸਬਜ਼ੀ ਕੱਟ ਜਿੱਦਾਂ ਬੱਚੇ ਨਿੱਕੇ ਨਿੱਕੇ ਹੱਥਾਂ ਦੇ ਨਾਲ ਜੀ ਮਾਂ ਨੂੰ ਆ ਆਲੂ ਫੜਾਤਾ, ਆ ਗੋਭੀ ਫੜਾਤੀ, ਇੱਦਾਂ ਜਿੱਦਾਂ ਬੱਚੇ ਕਰਦੇ ਹੁੰਦੇ ਇੱਦਾਂ ਮਾਂ ਦੇ ਨਾਲ ਖੇਡ ਰਹੀ ਸੀਗੀ। ਜੀ ਉਹ ਮੁੰਡਾ ਵੀ ਉੱਥੇ ਖੜਾ ਰਿਹਾ, ਉਹ ਹੌਲੀ ਦੇਣੀ ਅੱਖ ਦੇ ਝਮਕੇ ਨਾਲ ਬੱਚੇ ਨੂੰ ਉਹਨੇ ਲਾਲਚ ਦਿੱਤਾ, ਇੱਦਾਂ ਕਰਕੇ ਬਾਹਰ ਨੂੰ ਲੈ ਗਿਆ। ਬਾਹਰ ਜਾ ਕੇ ਉਂਗਲੀ ਫੜ ਕੇ ਨਾਲ ਨਾਲ ਲੈ ਗਿਆ। ਉਹ ਹਾਂ ਉਂਗਲੀ ਫੜੀ ਵਾਲੀ ਤਸਵੀਰ ਕੈਮਰੇ ਵਿੱਚ ਆ ਰਹੀ ਆ ਲੱਗ। ਉੱਥੇ ਮਤਲਬ ਕਈ ਤਕੜੇ ਬੰਦੇ ਹੈਗੇ ਜਿਨ੍ਹਾਂ ਦੀਆਂ ਅੱਛਾ, ਕੰਬਾਈਨਾਂ, ਸੀਸੀਟੀਵੀ ਕੈਮਰੇ। ਅੱਛਾ ਜੀ, ਸੀਸੀਟੀਵੀ ਕੈਮਰੇ, ਉਹਨਾਂ ਨੇ ਕੈਮਰਾ ਲਾਇਆ, ਤਕੜਾ ਫਾਰਮ ਹੈਗਾ ਉਹਨਾਂ ਦਾ। ਓਕੇ, ਉਹਦੇ ਕੋਲ ਦੀ ਜਦੋਂ ਲੰਘਦੇ ਆ ਉਹ ਕੈਮਰੇ ਵਿੱਚੋਂ ਬਿਲਕੁਲ ਆ ਰਹੀ, ਨਿੱਕੇ ਨਿੱਕੇ ਕਦਮਾਂ ਦੇ ਨਾਲ ਉਹ ਤੁਰੀ ਜਾ ਰਹੀ ਆ। ਜੀ ਉਹ ਮਤਲਬ ਘਰ ਤੋਂ ਕੋਈ 1000 ਕੁ ਮੀਟਰ ਦੀ ਦੂਰ, ਮਤਲਬ 500 ਮੀਟਰ ਦੀ ਦੂਰੀ ਤੇ, ਸੋਰੀ, ਤੇ ਜੀ ਜਿਹੜਾ ਕੈਮਰਾ ਲੱਗਾ ਹੋਇਆ ਉਸ ਤੋਂ ਮਹਿਜ 50 ਮੀਟਰ ਅੱਗੇ ਅੱਛਾ ਜੀ, ਇੱਕ ਤੂੜੀ ਵਾਲਾ ਕਮਰਾ ਆ ਕਿਸੇ ਜ਼ਿਮੀਂਦਾਰ ਭਰਾ ਦਾ, ਜਿਹਦੇ ਵਿੱਚ ਉਹ ਤੂੜੀ ਵਗੈਰਾ ਪਾਉਂਦੇ ਆ, ਤੇ ਹੁਣ ਤੇ ਲਗਭਗ ਉਹ ਖਾਲੀ ਸੀਗਾ। ਤੇ ਓਕੇ ਉੱਥੇ ਲਿਜਾ ਕੇ ਉਹਦੇ ਨਾਲ ਉਹਨੇ ਜਿਹੜੀ ਭੈੜੀ ਹਰਕਤ ਵੀ ਕੀਤੀ ਆ, ਤੇ ਉਦੋਂ ਬਾਅਦ ਉਹਦੇ ਗਲ ਦੇ ਉੱਤੇ ਕੋਈ ਤਿੱਖੀ ਚੀਜ਼, ਕੜਾ ਵਗੈਰਾ ਰੱਖ ਕੇ ਹਾਂ, ਉਹਨੂੰ ਮਾਰ ਦਿੱਤਾ। ਓਹੋ, ਉਦੋਂ ਬਾਅਦ ਉਹ ਨਾਲ ਹੀ ਉਹਨਾਂ ਦੇ ਪਰਿਵਾਰ ਦੇ ਜਦੋਂ ਬੱਚੀ ਨਹੀਂ ਘਰ ਆਉਂਦੀ ਤਾਂ ਲੱਭਦੇ ਆ, ਤੇ ਨਾਲ ਲਭਾਉਂਦਾ ਵੀ ਰਿਹਾ, ਗੁਰਦੁਆਰਾ ਸਾਹਿਬ ਰੁਮਾਲ ਬੰਨ ਕੇ ਤੁਰਿਆ ਫਿਰਦਾ ਰਿਹਾ, ਸਾਰਾ ਕੁਝ ਕਰਦਾ ਰਿਹਾ। ਅੱਛਾ, ਉਦੋਂ ਨੇ ਚਲੋ, ਦੱਸਿਆ ਨਹੀਂ? ਨਹੀਂ ਕਿਸੇ ਨੇ ਨਹੀਂ ਦੱਸਿਆ। ਹਾਂਜੀ, ਮਤਲਬ ਉਹ ਕਾਫੀ ਜਾਣੀ ਮੁਸ਼ਕਲ ਤੋਂ ਬਾਅਦ ਜਦੋਂ ਸ਼ੱਕ ਪਿਆ ਤੇ ਪੁਲਿਸ ਨੇ ਉਹ ਇਨਵੈਸਟੀਗੇਸ਼ਨ ਕੀਤਾ, ਜਦੋਂ ਸਾਰੀ ਉਹ ਸਖਤੀ ਨਾਲ ਗੱਲ ਕੀਤੀ ਤੇ ਫਿਰ ਉਹ ਮੰਨ ਗਿਆ ਵੀ ਇਹ ਕੰਮ ਮੈਂ ਕੀਤਾ। ਬੱਚੀ ਦੀ ਲਾਸ਼ ਵੀ ਬਰਾਮਦ ਹੋ ਗਈ ਉਹ ਕਮਰੇ ਵਿੱਚੋਂ, ਤੇ ਵੀ ਸਾਰਾ ਲਾਸ਼ ਦੱਬ ਦਿੱਤੀ ਸੀ ਇਸਨੇ ਜਾਂ ਕੀ ਕੀਤਾ ਸੀ? ਨਹੀਂ ਦਾ ਲਾਸ਼ ਦੱਬੀ ਨਹੀਂ ਸੀ, ਤੂੜੀ, ਮਤਲਬ ਤੂੜੀ ਥੋੜੀ ਜੀ, ਜਿੱਦਾਂ 2 ਕੁ ਪੰਨਾ ਤੂੜੀ ਦੀਆਂ ਪਈਆਂ ਸੀ, ਉਹ ਤੂੜੀ ਤਾੜੀ ਉੱਤੇ ਮਤਲਬ ਕਰਤੀ ਮਾੜਾ ਇੱਦਾਂ। ਓਕੇ, ਤੇ ਪਹਿਲਾਂ ਹਾਂ ਬੱਚੀ ਨਾਲ ਬਲਾਤਕਾਰ ਕੀਤਾ, ਫਿਰ ਬੱਚੀ ਦਾ ਜੀ ਮਰਡਰ ਕੀਤਾ, ਤੇ ਉਸ ਤੋਂ ਬਾਅਦ ਉਹਦੇ ਉੱਪਰ ਤੂੜੀ ਪਾ ਦਿੱਤੀ। ਜੀ 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 ਬਾਅਦ ਚ ਚਲੋ ਪੁਲਿਸ ਨੇ ਉਹ ਸਾਰਾ ਕੇਸ ਸੁਲਝਾ ਲਿਆ, ਪਾਸਕੋ ਐਕਟ ਵੀ ਲੱਗ ਗਿਆ, ਸਾਰਾ ਹੋ ਗਿਆ। ਫਿਰ ਮੇਰਾ ਉਦਣ ਜਾ ਕੇ ਇਹੀ ਸੀਗਾ ਕਿ ਮਤਲਬ ਪਿੰਡ ਵਿੱਚ ਕੋਈ ਵੀ ਜਿੰਦਾ ਨਹੀਂ ਹੈਗਾ ਸੀਗਾ, ਕੋਈ ਉਮਰਧਾਰੀ ਬੰਦੇ ਨਹੀਂ ਹੈਗੇ ਸੀਗੇ ਕਿ ਜਿਹੜਾ ਉਹਨੂੰ ਮੌਕੇ ਦੀ ਮੌਕੇ ਹੀ ਉਹਨੂੰ ਜਰਾ ਸਜ਼ਾ ਦੇ ਦਿੱਤੀ ਜਾਂਦੀ। ਇਹੋ ਜਿਹਾ ਦੈਂਤ ਬੰਦੇ ਨੂੰ, ਦੈਂਤ ਜਿਹੜੀ ਦੈਂਤ ਬਿਰਤੀ ਵਾਲਾ ਹੈਗਾ ਮਨੁੱਖ, ਉਹਨੂੰ ਮਾਰ ਗੱਡੀ ਚੜਾ ਦੇਣਾ ਚਾਹੀਦਾ ਸੀ, ਸੋਧਾ ਹੀ ਲੱਗ ਜਾਣਾ ਚਾਹੀਦਾ ਸੀਗਾ। ਜੀ, ਪਤਾ ਚਲੋ ਲੱਗਣ ਤੋਂ ਖੈਰ, ਬਾਅਦ ਤੁਹਾਡੇ ਕਹਿਣ ਤੋਂ ਭਾਵ। ਹਾਂਜੀ ਹਾਂਜੀ, ਚਲੋ ਖੈਰ ਇਹ ਨਹੀਂ ਹੋਇਆ। ਫਿਰ ਦੂਜੀ ਸੀਗੀ ਕਿ ਪਿੰਡ ਦੇ ਲੋਕਾਂ ਨੂੰ ਚਾਹੀਦਾ ਵਾ ਕਿ ਜਿਹੜਾ ਇਹੋ ਜਿਹਾ ਪਰਿਵਾਰ ਵਾ ਜਿਨ੍ਹਾਂ ਨੇ ਇਹੋ ਜਿਹਾ ਘਿਣਾਉਣੀ ਹਰਕਤ ਕੀਤੀ ਆ, ਕਿਉਂਕਿ ਉਹਦੀ ਦਾਦੀ ਵੀ ਆ, ਉਹਦਾ ਚਾਚਾ ਵੀ ਆ, ਘਰ 'ਚ ਉਹਨਾਂ ਨੇ ਬਾਲਕਨਾਥ ਦੀ ਜਗ੍ਹਾ ਬਣਾਈ ਹੋਈ ਆ, ਤੇ ਉਹਨਾਂ ਨੇ ਤੇ ਆਪਦੇ ਪੀਰ ਨੂੰ ਵੀ ਜਿਹੜਾ ਉਹ ਹੈਗਾ ਉਹਨਾਂ ਦਾ ਬਾਬਾ, ਉਹਨੂੰ ਵੀ ਬਦਨਾਮ ਕਰਤਾ, ਕਿਉਂਕਿ ਕੋਈ ਵੀ ਪੀਰ ਸੰਤ ਮਹਾਂਪੁਰਸ਼ ਇਹੋ ਜਿਹੀ ਸਿੱਖਿਆ ਤੇ ਦਿੰਦਾ ਹੀ ਨਹੀਂ ਹੈਗਾ। ਤੇ ਮੇਰਾ ਮਤਲਬ ਸੀਗਾ ਕਿ ਪਿੰਡ ਦੀ ਪੰਚਾਇਤ ਕੋਈ ਇਹੋ ਜਿਹਾ ਸਟੈਪ ਚੱਕੇ, ਤੇ ਮੇਰਾ ਖਿਆਲ ਪਿਛਲੇ ਦਿਨ ਹੀ ਉਹਨਾਂ ਨੇ ਉਹ ਮਤਾ ਵੀ ਪਾ ਦਿੱਤਾ ਹੋਇਆ ਵਾ ਕਿ ਇਸ ਇਹਦੇ ਨਾਲ ਸਾਡੀ ਕੋਈ ਰੋਟੀ ਬੋਟੀ ਦੀ ਸਾਂਝ ਨਹੀਂ ਹੋਊਗੀ, ਇਹਨਾਂ ਦਾ ਪਿੰਡ ਚੋਂ ਬਾਈਕਾਟ। ਤੇ ਜੀ ਅੱਜ ਜਿਹੜਾ ਕੈਂਡਲ ਮਾਰਚ ਦਾ ਸੀਗਾ, ਕਿਉਂਕਿ ਇਹ ਗੱਲ ਹਰਖੋਵਾਲ ਦੇ ਪਿੰਡ ਦੀਆਂ ਗਲੀਆਂ ਵਿੱਚ ਹੀ ਦੱਬੀ ਰਹਿ ਗਈ ਸੀਗੀ,
जी ਤੇ ਇਹ ਗੱਲ ਕਿਸੇ ਤਰ੍ਹਾਂ ਵੀ ਉੱਠੀ ਨਹੀਂ ਸੀਗੀ ਉੱਪਰ ਬਿਲਕੁਲ ਉਸ ਇਹ। ਪੱਧਰ ਦੇ ਉੱਪਰ ਮੀਡੀਆ ਦੇ ਵਿੱਚ ਆਈ ਨਹੀਂ। ਹਾਂਜੀ ਇਹ ਕੈਂਡਲ ਮਾਰਚ ਕਰਨ ਦਾ ਇੱਕੋ ਇੱਕ ਸੀਗਾ ਕਿ ਇਹ ਗੱਲ ਨੂੰ ਉੱਚੀ ਚੁੱਕਿਆ ਜਾਵੇ ਤਾਂ ਕਿ ਜਿਹੜੀ ਸਰਕਾਰ ਆਏ ਦਿਨ ਇਨਸਾਫ ਦੀਆਂ ਗੱਲਾਂ ਕਰਦੇ ਆ ਸਰਕਾਰਾਂ, ਇਸ ਕੇਸ ਨੂੰ ਫਾਸਟ ਟਰੈਕ ਦੇ ਉੱਤੇ ਲਿਜਾ ਕੇ ਦੋਸ਼ੀ ਨੂੰ ਜਲਦੀ ਤੋਂ ਜਲਦੀ ਫਾਂਸੀ ਦੇ ਫੰਦੇ ਤੇ ਵੱਲ ਨੂੰ ਲਟਕਾਇਆ ਜਾਵੇ, ਜੀ ਕਿਉਂਕਿ ਇਹ ਇਦੋਂ ਵੱਡਾ ਘਿਨਾਉਣਾ ਅਪਰਾਧ ਕੋਈ ਹੋਰ ਨਹੀਂ ਹੋ ਸਕਦਾ। ਮੇਰੀ ਮਾਨਯੋਗ DSP ਸਾਹਿਬ ਸੁਰਿੰਦਰਪਾਲ ਸਿੰਘ ਨਾਲ ਵੀ ਗੱਲ ਹੋਈ, ਉਹਨਾਂ ਨੇ ਵੀ ਮੈਨੂੰ ਦੱਸਿਆ ਕਿ ਪਾਸਕੋ ਐਕਟ ਲੱਗ ਗਈ ਆ, ਸਾਰਾ ਹੋ ਗਿਆ ਆ, ਇਹਦੀ ਉਮਰ ਪਰ 16 ਸਾਲ, ਉਹ ਜਿਹੜਾ ਲੜਕਾ ਉਹ ਵੀ ਅਜੇ ਨਾਬਾਲਗ ਹੈ ਨਾ ਜੀ। 16 ਸਾਲ 2 ਮਹੀਨੇ ਦੀ ਜਿਹੜੀ ਉਮਰ ਆ ਨਾ, 16 ਸਾਲ ਤੋਂ 1 ਦਿਨ ਵੀ ਉੱਤੇ ਆ ਤੇ ਉਹ ਨਾਬਾਲ, ਉਹਦੇ ਵਿੱਚ ਕੋਈ ਕਾਨੂੰਨ ਵਿੱਚ ਪ੍ਰੋਵੀਜ਼ਨ ਹੈਗੀ ਆ, ਉਹ ਨਾਬਾਲਗ ਵਿੱਚ ਨਹੀਂ ਗਿਣਿਆ ਜਾਏਗਾ। ਓਕੇ ਬਾਕੀ ਅਸੀਂ ਕਾਨੂੰਨੀ ਪੱਖ ਵੇਖੋ, ਕੱਲਾ ਕੈਂਡਲ ਮਾਰਚ ਨਹੀਂ ਨਹੀਂ ਇੱਕ ਮੈਂ ਧੀ ਦਾ ਬਾਪ ਹੋਣ ਕਰਕੇ ਮੈਨੂੰ ਵੀ ਬਹੁਤ ਮਹਿਸੂਸ ਹੋ ਰਿਹਾ ਕਿ ਇਨਸਾਨੀਅਤ ਸ਼ਰਮਸਾਰ ਹੋ ਗਈ ਆ। ਆਪਾਂ ਅੱਜ ਵੀ ਹੁਣ ਦੇਖੋ 8:30 9 ਦਾ ਟਾਈਮ ਹੋ ਚੱਲਿਆ ਆ ਤੇ ਮੈਂ ਹਜੇ ਹੁਸ਼ਿਆਰਪੁਰ ਦੀਆਂ ਸੜਕਾਂ ਦੇ ਉੱਤੇ ਤੁਰਿਆ ਫਿਰਦਾ ਆ। ਆਪਾਂ ਇਹਨੂੰ ਜੀ ਇੱਕ ਸੀਰੀਅਸ ਹੋ ਕੇ ਲੱਗੇ ਹੋਏ ਆ, ਆਪਾਂ ਕਾਨੂੰਨੀ ਪ੍ਰਕਿਰਿਆ ਤੇ ਵੀ ਉਸ ਪਰਿਵਾਰ ਦੀ ਮਦਦ ਕਰਨੀ ਆ ਤੇ ਆਪਾਂ ਸਮਾਜਿਕ ਪੱਖ ਤੇ ਜਿਹੜਾ ਸਰਕਾਰਾਂ ਤੇ ਦਬਾਅ ਪਾਉਣਾ ਬਣਾਉਣਾ ਪਿਆ ਉਹ ਵੀ ਅੱਜ ਸ਼ੁਰੂਆਤ ਇਹੀ ਸੀਗੀ ਕਿ ਇਹ ਜਾਵੇ। ਇੱਕ ਵੱਡੀ ਗੱਲ ਸੀ ਕਿ ਉਸ ਦੋਸ਼ੀ ਦਾ ਕੋਈ ਕੇਸ ਬਾਰ ਚੋਂ ਨਾ ਲੜੇ, ਇਸ ਪਰਪਜ ਹਾਂ ਨੂੰ ਲੈ ਕੇ ਅੱਜ ਦਾ ਸਾਡਾ ਸੀਗਾ, ਤੇ ਉਹ ਜੀ ਸਾਡੀ ਜਿਹੜੀ ਇਹ ਸਫਲਤਾ ਹੋਈ ਕਿ ਉੱਥੋਂ ਦੇ ਜਿਹੜੇ ਹੁਸ਼ਿਆਰਪੁਰ ਦੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੀਗੇ ਉਹ ਆਏ ਉੱਥੇ, ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਸਾਡੀ ਬਾਰ ਚੋਂ ਕੋਈ ਵੀ ਇਹਦਾ ਕੇਸ ਨਹੀਂ ਲੜੂਗਾ। ਜੀ ਤੇ ਨੈਕਸਟ ਉਹਨਾਂ ਨੇ ਅਪੀਲ ਕੀਤੀ ਵੀ ਪੂਰੇ ਪੰਜਾਬ ਚੋਂ ਵੀ ਕੋਈ ਇੱਥੇ ਜਿਹੜਾ ਵਕੀਲ ਇਹਦਾ ਕੇਸ ਲੜਨ ਨਾ ਆਵੇ। ਜੀ ਹਾਂਜੀ ਇਹ ਅੱਜ ਦੀ ਜਿਵੇਂ ਤੁਸੀਂ ਦੱਸਿਆ ਆ, ਬੱਚੀ ਜੀ ਛੋਟੀ ਸੀ ਉਸਨੂੰ ਵਰਗਲਾ ਕੇ ਲੈ ਗਿਆ, ਕੀ ਉਸ ਸਮੇਂ ਮਾਂ ਨੂੰ ਪਤਾ ਨਹੀਂ ਲੱਗਿਆ ਜਾਂ ਪਰਿਵਾਰ ਨੂੰ ਪਤਾ ਨਹੀਂ ਲੱਗਿਆ, ਜਾਂ ਅੱਗੇ ਵੀ ਉਹ ਪਰਿਵਾਰ ਦੇ ਵਿੱਚ ਨੇੜਤਾ ਇੰਨੀ ਸੀ ਕਿ ਬੱਚੀ ਉਹ ਆਪਣੇ ਘਰ ਲੈ ਕੇ ਚਲਾ ਜਾਂਦਾ ਸੀ? ਦੇਖੋ ਗੁਆਂਢੀਆਂ ਦਾ ਘਰ ਸੀਗਾ, ਗੁਆਂਢੀ ਮਤਲਬ ਗੁਆਂਢੀ ਬੱਚਾ, ਛੋਟੀ ਜਿਹੀ ਬੱਚੀ ਨੂੰ ਤੇ ਘਰ ਕੀ ਲਿਜਾਣਾ ਹੁੰਦਾ, ਜਾਂ ਛੋਟੇ ਬੱਚੇ ਨੂੰ ਤੇ ਕੁਰਕਰੇ ਟੋਫੀ ਦੇ ਲਾਲਚ ਨਾਲ ਉਂਗਲ ਲਾ ਕੇ ਲੈ ਗਿਆ ਨਾ ਨਾਲ, ਤੇ ਮਾਂ ਕਿਤੇ ਹੋ ਸਕਦਾ ਥੋੜਾ ਬਹੁਤਾ ਮਾਂ ਅੰਦਰ ਬਾਹਰ ਗਈ ਆ, ਤੇ ਜੀ ਆਪਾਂ ਕਿਹੜਾ ਇੱਡੀ ਛੇਤੀ ਦੇਖਦੇ ਆ ਵੀ ਬੱਚਾ ਕਿੱਧਰ ਚਲ ਗਿਆ ਜਾਂ ਕੀ ਹੋ ਗਿਆ, ਹਨਾ। 5-7 10 ਮਿੰਟ ਦੀ, 1-2 ਮਿੰਟ ਤੇ ਆਪਾਂ ਨਹੀਂ ਧਿਆਨ ਹੀ ਨਹੀਂ ਕਰਦੇ, ਉਹ ਇੰਨੇ 'ਚ ਅੱਖ ਬਚਾ ਕੇ ਪਹਿਲਾਂ ਉਹਦੀ ਮਾਂ ਕਹਿੰਦੀ ਸਾਡੇ ਕੋਲ ਖੜਾ ਰਿਹਾ ਆ, ਇੱਥੇ ਅੱਛਾ ਖੜਾ ਵੀ ਰਿਹਾ, ਘਰ ਅੰਦਰ ਖੜਾ ਰਿਹਾ, ਮੈਂ ਸਬਜ਼ੀ ਕੱਟਦੀ ਸੀ ਉਹ ਵੀ ਲਾਗੇ ਖੜਾ ਰਿਹਾ, ਜਿੱਦਾਂ ਕਿਉਂਕਿ ਭਤੀਜੇ ਭਾਣਜੇ ਹੀ ਹੁੰਦੇ ਆ ਨਾ, ਆਂਢ ਗੁਆਂਢ ਦੇ ਏਦਾਂ ਦੀਆਂ ਰਿਸ਼ਤੇਦਾਰੀਆਂ ਹੁੰਦੀਆਂ, ਮਤਲਬ ਏਦਾਂ ਬੇਵਿਸ਼ਵਾਸੀ ਥੋੜਾ ਹੁੰਦੀ ਆ। ਉਹਨੇ ਜੀ ਤਾਂ ਵਿਸ਼ਵਾਸਘਾਤ ਕੀਤਾ ਆ ਉਸ ਪਰਿਵਾਰ ਨਾਲ, ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਹ ਮਤਲਬ ਉਹਨਾਂ ਦੇ ਸਾਹਮਣੇ ਹੀ ਉਹਨੂੰ ਹੌਲੀ ਜਿਹੇ ਬਹਾਨੇ ਨਾਲ ਬਾਹਰ ਲੈ ਗਿਆ, ਤੇ ਬਾਹਰ ਲਿਜਾ ਕੇ ਤੇ ਉਹਨੇ ਮਤਲਬ ਆਪਦਾ ਉਹ ਜਿਹੜੀ ਹਵਾਨੀਅਤ ਕੀਤੀ ਹੈਗੀ ਆ। ਇਸ ਵੇਲੇ ਮੰਗ ਕੀ ਕੀਤੀ ਜਾ ਰਹੀ ਹੈ ਪਰਿਵਾਰ ਵੱਲੋਂ? ਦੇਖੋ ਪਰਿਵਾਰ ਵੱਲੋਂ ਇਹ ਵੀ ਮੰਗ ਸੀਗੀ ਜਿਹੜੀ ਆਪਾਂ ਉਸ ਦਿਨ ਪੰਚਾਇਤ ਅੱਗੇ ਰੱਖ ਕੇ ਆਏ ਹਾਂ ਕਿ ਇਹਨਾਂ ਦਾ ਸਮਾਜਿਕ ਬਾਈਕਾਟ, ਦੂਜੀ ਉਹਨਾਂ ਦਾ ਹੈਗਾ ਕਿ ਅੱਜ ਦੀ ਮੰਗ ਸੀ ਕਿ ਉਹਦਾ ਚਾਚਾ ਪੁੱਛਾਂ ਦਾ ਟੂਣੇ ਟਮਾਣਿਆਂ ਦਾ ਕੰਮ ਕਰਦਾ ਤੇ ਉਹ ਵੀ ਜਨਾਨੀਆਂ ਵਗੈਰਾ ਲਿਆਉਂਦਾ ਆ ਪਿੰਡ ਵਿੱਚ, ਹੋਰ ਪਰਾਈਆਂ ਜਨਾਨੀਆਂ, ਤੇ ਅੱਛਾ ਉਹਨਾਂ ਜੀ ਦਾ ਸੀਗਾ ਕਿ ਜਿਹੜੇ ਬੱਚੇ ਨੇ ਇਹ ਜਿਹੜਾ ਉਹ ਬੱਚਾ ਉਹਨੇ ਦੇਖਦਾ ਸੀ ਇਹ ਉਹਨਾਂ ਦੇ ਕਹਿਣ ਮੁਤਾਬਕ, ਕਿਉਂਕਿ ਮੇਰਾ ਨਹੀਂ, ਉਹਨਾਂ ਦੇ ਕਹਿਣ ਮੁਤਾਬਕ ਮੈਂ ਜੋ ਉੱਥੋਂ ਉਹਨਾਂ ਦੇ ਮੂੰਹ ਤੋਂ ਸੁਣਿਆ ਹੈਗਾ ਕਿ ਉਹ ਜੀ ਬੱਚਾ ਇਹ ਗਲਤ ਹਰਕਤਾਂ ਦੇਖਦਾ ਸੀ ਤੇ ਉਹਦਾ ਮਨ ਜਿਹੜਾ ਤੇਜਿਤ ਹੋ ਗਿਆ ਤੇ ਹੋ ਸਕਦਾ ਉਹਨੇ ਇਧਰਲੇ ਬੰਨੇ ਨੂੰ ਉਹਦਾ ਧਿਆਨ ਚਲੇ ਗਿਆ, ਵੀ ਉਹਦੇ ਤੇ ਵੀ ਨਾਲ ਕਾਰਵਾਈ ਹੋਣੀ ਚਾਹੀਦੀ ਆ। ਦੈਨ ਜੀ ਅਗਲੀ ਗੱਲ ਆ ਕਿ ਜਿਹਨੇ ਇਹ ਕੰਮ ਕੀਤਾ ਆ ਉਹਨੂੰ ਮੌਤ ਦੀ ਸਜ਼ਾ ਤੋਂ ਘੱਟ ਨਾ ਹੋਵੇ। ਓਕੇ ਸਜਾਏ ਜੀ ਮੌਤ ਦੀ ਮੰਗ ਪਰਿਵਾਰ ਵੱਲੋਂ ਜੀ ਤੇ ਜੀ ਜੀ ਉਸ ਲੜਕੀ ਦੇ ਹਮਦਰਦਾਂ ਵੱਲੋਂ ਕੀਤੀ ਜਾ ਰਹੀ ਹੈ। ਬਿਲਕੁਲ 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 ਕੋਸਾ ਸਾਹਿਬ, ਬੜੀ ਵੱਡੀ ਤੇ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਪੰਜਾਬ ਦੀ ਧਰਤੀ ਦੇ ਉੱਪਰ ਜੀ ਔਰ ਹਰਖੋਵਾਲ ਨਗਰ, ਜਿਹਦਾ ਦੁਨੀਆ ਭਰ ਦੇ ਵਿੱਚ ਇੱਕ ਬਹੁਤ ਵੱਡੇ ਪੱਧਰ ਦੇ ਉੱਪਰ ਨਾਮ ਹੈ, ਹਰਖੋਵਾਲ ਇੱਕ ਬਹੁਤ ਵੱਡੀ ਸੰਸਥਾ ਹੈ, ਬਹੁਤ ਵੱਡੀ ਸੰਪਰਦਾਇਕ ਹੈ, ਜੀ ਜੀ ਉਸ ਜੀ ਨਗਰ ਦੇ ਅੰਦਰੋਂ ਇਹੋ ਜਿਹੀ ਕਰਤੂਤ ਕੀਤੀ ਜਾਣੀ ਔਰ ਬਿਲਕੁਲ ਛੋਟੀ ਜਿਹੀ ਬੱਚੀ ਦੇ ਨਾਲ, ਬੜਾ ਜੀ ਹੈਰਾਨ ਕਰ ਦੇਣ ਵਾਲੀ। ਇਸ ਘਟਨਾ ਨੇ ਕਾਫੀ ਇਲਾਕੇ ਹੁਸ਼ਿਆਰਪੁਰ ਦੇ ਏਰੀਏ ਦੇ ਵਿੱਚ ਕਾਫੀ ਦਿਲ ਦਹਿਲਾਇਆ ਪਿਆ ਲੋਕਾਂ ਦਾ, ਪਰ ਜਿਵੇਂ ਜੀ ਹੀ ਖਬਰ ਬਾਹਰ ਗਈ ਹੈ ਤਾਂ ਵੀ ਲੋਕਾਂ ਨੇ ਇਸ ਚੀਜ਼ ਨੂੰ ਬੜਾ ਮਹਿਸੂਸ ਕੀਤਾ ਵੀ ਇਸ ਤਰੀਕੇ ਦੀ ਘਟਨਾ ਨਹੀਂ ਸੀ ਹੋਣੀ ਚਾਹੀਦੀ, ਪਰ ਉਹ ਜੀ ਮੰਨਿਆ ਵੀ ਕੁੜੀ ਨੂੰ ਮਾਰਿਆ ਗਿਆ। ਬਿਲਕੁਲ ਬਿਲਕੁਲ ਜੀ, ਉਹ ਮੰਨਿਆ ਸਾਰਾ ਕੁਝ ਮੰਨਿਆ, ਉਹ ਮਾਰਿਆ ਜੀ ਉਹਨੇ, ਕਿਉਂਕਿ ਉਸ ਤੋਂ ਬਿਨਾਂ ਹੋਰ ਕੋਈ ਲੈ ਕੇ ਹੀ ਨਹੀਂ ਗਿਆ, ਕਿ ਜੇ ਕੈਮਰੇ ਵਿੱਚ ਨਾ ਆਉਂਦੀ ਤੇ ਸ਼ਾਇਦ ਇਹ ਰਹੱਸ ਬਣਿਆ ਰਹਿਣਾ ਸੀਗਾ। ਜੀ ਕਿਉਂਕਿ
ਕਿਸੇ ਨੇ ਕੈਮਰੇ ਦੇ ਚੱਕ ਰਿਕਾਰਡ ਨੇ ਲਿਆ। ਇਸ ਚੀਜ਼ ਨੂੰ ਨੰਗਾ ਕਰਕੇ ਰੱਖ ਦਿੱਤਾ ਸਾਰਿਆਂ ਦੇ ਅੱਗੇ। ਹਾਂਜੀ ਉਹ ਕੈਮਰਾ ਖੰਭੇ ਤੇ ਲੱਗਿਆ ਹੋਇਆ, ਤੁਸੀਂ ਕਿਤੇ ਸਮਾਂ ਬਣਿਆ ਤੇ ਜਾ ਕੇ ਉੱਥੇ ਦੇਖ ਵੀ ਸਕਦੇ ਹੋ। ਮੈਂ ਤਾਂ ਜਾ ਕੇ ਦੇਖ ਕੇ ਆਇਆ, 2 ਤਰੀਕ ਨੂੰ ਉਸ ਬੱਚੀ ਦੀ ਅੰਤਿਮ ਅਰਦਾਸ ਵਾ, ਤੇ ਜੀ ਆਪਾਂ ਕੋਸ਼ਿਸ਼ ਕਰਨੀ ਆ ਕਿ ਆਪਾਂ ਜਾਈਏ। ਜੀ ਪਰੰਤੂ ਗੱਲ ਇਹ ਆ ਵੀ ਅਸਲ ਜੋ ਇਹ ਕਹਾਣੀ ਦੇ ਪਿੱਛੇ ਆ ਵੀ ਜਿਹੜੇ ਮਰਡਰ ਵਾਲੇ ਲੋਕ ਆ ਨਾ, ਜਿੱਦਾਂ ਬਲੈਕਸ ਬਾਨੋ ਵਿਚਾਰੀ, ਉਹ ਬਲਾਤਕਾਰ ਦੇ ਦੋਸ਼ੀਆਂ ਨੂੰ ਸਜ਼ਾ ਮਾਫ ਕਰਤੀ ਉਹਨਾਂ ਦੀ, ਉਹਨਾਂ ਨੂੰ ਖੁੱਲੇ ਜੀ ਛੱਡਤਾ। ਹਾਂਜੀ ਦੂਜੇ ਬੰਨੇ ਆ ਜਿਹੜਾ ਅਖੌਤੀ ਧਰਮ ਗੁਰੂ ਬਣਿਆ ਫਿਰਦਾ ਸੌਦਾ ਸਾਧ, ਜੀ ਮਰਡਰ ਦੇ ਤੇ ਬਲਾਤਕਾਰ ਦੇ ਦੋਸ਼ਾਂ ਵਿੱਚ ਪਰੋਲ ਦਿੱਤੀ ਜਾ ਰਹੀ ਆ। ਪਰੋਲ ਤੋਂ ਬਾਅਦ ਇਹੀ ਹੁੰਦਾ ਕਿ ਚੰਗਾ ਆਚਰਣਾ ਜੀ, ਇਹਨਾਂ ਨੂੰ ਛੱਡ ਦਿਓ। ਮਤਲਬ ਜੀ ਜਦੋਂ ਇਹੋ ਜਿਹੇ ਲੋਕਾਂ ਨੂੰ ਜਿਹੜੇ ਧਰਮ ਦਾ ਬਾਣਾ ਪਾ ਕੇ ਲੋਕਾਂ ਦੇ ਨਾਲ ਖਿਲਵਾੜ ਕਰਦੇ ਆ, ਲੋਕਾਂ ਨਾਲ ਦੀਆਂ ਧੀਆਂ ਨਾਲ ਬਲਾਤਕਾਰ ਕਰਦੇ ਆ ਤੇ ਬਾਇੱਜ਼ਤ ਘੁੰਮਦੇ ਆ, ਆਪਣੇ ਪ੍ਰੋਗਰਾਮ ਲਾਉਂਦੇ ਆ, ਆਪਣੀਆਂ ਨਾਮ ਚਰਚਾਵਾਂ ਕਰਦੇ ਆ, ਤੇ ਜਿਹੜੇ ਛੋਟੇ ਪੱਧਰ ਦੇ ਲੋਕ ਹੈਗਾ ਜਿਨ੍ਹਾਂ ਦੀ ਬਿਰਤੀ ਕ੍ਰਿਮੀਨਲ ਹੈਗੀ, ਜਿਨ੍ਹਾਂ ਦੀ ਬਿਰਤੀ ਦੇ ਵਿੱਚ ਇਦਾਂ ਦੀਆਂ ਭੈੜੀਆਂ ਗੱਲਾਂ ਛੁਪੀਆਂ ਹੋਈਆਂ, ਉਹ ਫਿਰ ਉਹਨਾਂ ਨੂੰ ਉਹਨਾਂ ਦੇ ਹੌਸਲੇ ਬੁਲੰਦ ਜੀ ਹੁੰਦੇ ਆ। ਬਿਲਕੁਲ ਜੀ ਤੁਹਾਨੂੰ ਖੋਸਾ ਜੀ, ਤੁਹਾਡਾ ਧੰਨਵਾਦ, ਤੁਸੀਂ ਸਾਰੀ ਸਾਨੂੰ ਜਾਣਕਾਰੀ ਦਿੱਤੀ ਹੈ ਔਰ ਜੀ ਅਸੀਂ ਸਾਰੀ ਜਾਣਕਾਰੀ ਦਰਸ਼ਕਾਂ ਦੇ ਧਿਆਨ ਦੇ ਵਿੱਚ ਵੀ ਬਿਲਕੁਲ ਲਿਆਉਣੀ ਚਾਹਾਂਗੇ, ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਵੀ ਲਿਆਉਣੀ ਚਾਹਾਂਗੇ ਕਿ ਪਰਿਵਾਰ ਦੀਆਂ ਭਾਵਨਾਵਾਂ ਔਰ ਜੀ ਜਿਤਨੇ ਲੋਕਾਂ ਨੂੰ ਪਤਾ ਲੱਗਾ ਹੈ ਇਨਸਾਨੀਅਤ ਪਸੰਦ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਜੀ ਜੀ ਵੀ ਜੀ ਕਿਰਪਾ ਕਰਕੇ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇ ਬਿਲਕੁਲ ਜੀ, ਇਹ ਜੀ। ਕਾਨੂੰਨ ਨੂੰ ਸਖਤ ਹੋਣਾ ਪਊਗਾ। ਜੇ ਗੰਦੇ ਲੋਕਾਂ ਨੂੰ, ਭੈੜੇ ਲੋਕਾਂ ਨੂੰ ਇਹ ਰਿਲੈਕਸੇਸ਼ਨ ਦਿੰਦੇ ਆ ਤੇ ਉਹਦਾ ਨਤੀਜਾ ਆ ਹੁੰਦਾ ਆ ਜੀ ਬਹੁਤ ਬਹੁਤ ਕ੍ਰਾਈਮ। ਖੋਸਾ ਜੀ, ਤੁਹਾਡਾ ਧੰਨਵਾਦ, ਜਲਦੀ ਤੁਹਾਡੇ ਨਾਲ ਕਿਸੇ ਹੋਰ ਮੁੱਦੇ ਤੇ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ ਕੀ ਜੀ। ਫਤਿਹ।